ਵੇਖੋ ਜੀ, ਬਜ਼ੁਰਗਾਂ ਦੇ ਹੱਥ ਨਾਲ ਬਣਿਆ ਹੋਇਆ ਸ਼ਾਹਕਾਰ ਹਿਰਨ ਇਹ ਤਿਆਰ ਹੋ ਰਿਹਾ, ਨਾਲ ਹੀ ਇੱਕ ਸ਼ਾਹੀਨ ਉਹ ਵੀ ਤਿਆਰ ਕਰ ਰਹੇ ਨੇ। ਇਨਸ਼ਾਅੱਲਾ ਇੱਕ ਦੋ ਦਿਨਾਂ 'ਚ ਮੁਕੰਮਲ ਹੋ ਜਾਣਗੇ, ਜਿੱਦਾਂ ਹੀ ਮੁਕੰਮਲ ਹੁੰਦੇ ਫਿਰ ਤੁਹਾਨੂੰ ਇਹਨਾਂ ਦੀ ਪੂਰੀ ਵੀਡੀਓ ਦਿਖਾਵਾਂਗੇ। ਇਹ ਦੇ ਸਿੰਘ ਬਣੇ ਪਏ ਨੇ, ਇੱਕ ਦੂਸਰਾ ਅੱਛਾ ਸ਼ੇਰ ਬਾਜ਼ ਹਿਰਨ ਇਹ 12 ਸਿੰਘਾ ਜੀ। ਅੱਛਾ ਇਹ ਪਰ ਬਣ ਰਹੇ ਨੇ ਜੀ, ਉਹ ਮੋਰੀਆਂ ਬਣੀਆਂ ਨੇ ਉੱਤੇ। ਇਹ ਚਾਰ ਚੀਜ਼ਾਂ ਕਿੰਨੇ ਦਿਨਾਂ 'ਚ ਬਣ ਜਾਣਗੀਆਂ ਜੀ? ਚਾਰ ਚੀਜ਼ਾਂ ਨੂੰ ਇੱਕ ਮਹੀਨਾ, ਇੱਕ ਹਫ਼ਤੇ 'ਚ ਇੱਕ। ਅਤੇ ਆਪਣੀ ਰਿਹਾਇਸ਼ ਕਿੱਥੇ ਦੀ ਹੈ ਜੀ? ਸ਼ੇਖੂਪੁਰਾ ਸ਼ਹਿਰ ਦੀ। ਅਤੇ ਜੇ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਫਿਰ ਆਪਣਾ ਨੰਬਰ ਕੀ ਕੋਈ ਹੈ? ਬਿਲਕੁਲ ਨੰਬਰ ਹੈ ਜੀ, ਦੱਸਿਓ ਜ਼ਰਾ। 0305 ਹਾਂਜੀ, 42 52 0305 52 42 183 ਅਤੇ ਆਪਣਾ ਪਿਆਰਾ ਜਿਹਾ ਨਾਮ ਕੀ ਹੈ ਜੀ? ਮੁਹੰਮਦ ਮਨਸ਼ਾ। ਵੈਸੇ ਇਹ ਹੀ ਕੰਮ ਕਰਦੇ ਹੋ ਹਰ ਜਗ੍ਹਾ 'ਤੇ ਜਾ ਕੇ ਆਪਣੇ? ਸ਼ੁਰੂ ਤੋਂ ਬਚਪਨ ਤੋਂ ਹੀ ਹੈ। ਬਚਪਨ ਤੋਂ 18 ਸਾਲ ਦਾ ਬੱਚਾ ਸੀ ਜੀ, 18 ਸਾਲ ਦੇ ਸੀਗੇ ਆਪਣੇ। ਵਡੇਰੇ ਵੀ ਕੋਈ ਬਣਾਉਂਦੇ ਸੀਗੇ ਇਹ ਜੀ? ਕਿਹੜੇ? ਆਪਣੇ ਬਜ਼ੁਰਗ ਵਾਲਦੈਨ ਜਾਂ ਸਿਰਫ ਤੁਸੀਂ ਸ਼ੁਰੂ ਕੀਤਾ? ਖੇਤੀਬਾੜੀ ਦਾ ਕੰਮ ਸਿਰਫ ਮੈਂ ਮਸਜਿਦ ਦਾ ਕੰਮ ਜਾਂ ਮਸਜਿਦਾਂ ਦੇ ਮਨਾਰ ਵਗੈਰਾ, ਮਸਜਿਦ ਦੇ ਮਨਾਰ, ਤੁਸੀਂ ਜੋ ਵੀ ਸਮਝ ਲਓ ਕਿ ਅੱਲਾਹ ਤਾਲਾ ਦੀ ਚੀਜ਼ ਬਣੀ ਹੈ ਨਾ। ਹਾਂਜੀ, ਜਾਣ ਵਾਲੇ ਉਹ ਹਰ ਚੀਜ਼ ਮੈਂ ਬਣਾ ਲੈਂਦੇ ਹਾਂ। ਉਹਨੂੰ ਆਰਟਿਸਟ, ਉਹਨੇ ਮੁਸਾਵਰ ਬੋਲਦੇ ਨੇ ਜੋ ਹਰ ਚੀਜ਼ ਜਿਹੜੀ ਨਾ ਇਜਾਦ ਕਰੇ। ਸ਼ੇਖੂਪੁਰੇ ਦੀ ਰਿਹਾਇਸ਼ ਹੈ ਆਪਣੀ। ਬਜ਼ੁਰਗ ਜੀ ਹਰ ਸ਼ੈ ਬਣਾ ਲੈਂਦੇ ਨੇ, ਖਾਨੇਵਾਲ ਆਏ ਨੇ ਅਤੇ ਖਾਨੇਵਾਲ ਬਾਜ਼ ਹਿਰਨ ਸ਼ੇਰ ਚਾਰ ਚੀਜ਼ਾਂ ਇਹਨਾਂ ਨੇ ਬਣਾਉਣੀਆਂ। ਚੌਥੀ ਕਿਹੜੀ ਹੈ ਜੀ? ਹਿਰਨ ਜੀ, ਹਿਰਨ ਬਾਜ਼ ਸ਼ੇਰ ਹੋਰ ਕਿਹੜੀ ਹੈ? ਤਿੰਨ ਚਾਰ ਚੀਜ਼ਾਂ ਜੀ, ਚੌਥੀ ਚੀਜ਼ ਦਾ ਪਤਾ ਨਹੀਂ ਕਿਹੜੇ। ਇਹ ਬੜੀ ਬਰੀਕੀ ਦਾ ਕੰਮ ਹੈ ਜੀ, ਅਤੇ ਨੰਬਰ ਮੈਂ ਵੀਡੀਓ 'ਚ ਤੁਹਾਨੂੰ ਬੋਲ ਦਿੱਤਾ, ਜੇ ਤੁਸੀਂ ਕਿਤੇ ਕੰਮ ਕਰਵਾਉਣਾ ਹੋਵੇ ਬਜ਼ੁਰਗਾਂ ਕੋਲੋਂ ਤਾਂ ਰਾਬਤਾ ਕਰ ਸਕਦੇ ਹੋ। ਇਸ ਤੋਂ ਬਾਅਦ ਇਹਦੀ ਜਿਹੜੀ ਸੱਚਾ ਬਣੇਗਾ, ਡਿੰਮੀ ਜਿਹੜੀ ਉਤਲੀ ਬਣੇਗਾ, ਉਹ ਕਿੱਦਾਂ ਬਣੇਗਾ ਜੀ? ਸੱਚਾ ਸਰ ਬਣੇਗਾ, ਸਿਲੀਕੋਨ ਦਾ ਬਣਦਾ। ਅੱਛਾ, ਪਲਾਸਟਿਕ ਪੈਰਸ ਤੋਂ ਵੀ ਬਣਦਾ, ਠੀਕ, ਮਿੱਟੀ ਦਾ ਵੀ ਬਣਦਾ। ਅੱਛਾ, ਇਹਦੇ ਉੱਤੇ ਕੋਈ ਛਾਪਰ ਛੂਪਰ ਲਾਓਗੇ ਪਹਿਲੇ? ਨਹੀਂ ਨਹੀਂ, ਇਹਦੇ ਉੱਤੇ 12 ਸਿੰਘ ਦੇ ਉੱਤੇ ਇਹਦੇ ਉੱਪਰ ਪਹਿਲੇ ਇਹਨੂੰ ਸਾਫ ਕਰਕੇ ਨਾ ਪਹਿਲੇ ਤੇ ਗਰੀਸ ਲਾਓ। ਗਰੀਸ ਲਾਉਣੀ ਹੈ, ਗਰੀਸ ਲਾ ਕੇ ਫਿਰ ਉੱਤੇ ਉਹ ਸੀਮੈਂਟ ਪਾ ਦੇਣਾ ਜਾਂ ਜੋ ਵੀ ਨੀਰੋ ਜਿਹੜਾ ਸੀਮੈਂਟ ਲੈ ਕੇ ਨਾ ਉਹ ਖੋਲ ਕੇ ਇਹਦੇ ਉੱਪਰ ਪਾ ਕੇ ਤੇ ਉਹਨੂੰ ਉਸ ਤੋਂ ਬਾਅਦ ਉੱਤੇ ਸਰੀਆ ਬੰਨਦਾ। ਸਰੀਆ ਬੰਨਾਂਗੇ ਫਿਰ ਇਹਦੇ 'ਤੇ ਬਜਰੀ ਲਾਵਾਂਗੇ, ਤਕਰੀਬਨ 1.25 ਇੰਚ ਮੋਟੀ। 1.25 ਇੰਚ ਮੋਟੀ ਬਜਰੀ? ਨਹੀਂ, ਮੈਂ ਕਹਿਣ ਦਾ ਮਕਸਦ ਇਹ ਹੈ ਕਿ ਇਹ ਇੱਕ ਹੀ ਬਣੇਗਾ ਜਾਂ ਇਸ ਤੋਂ ਬਾਅਦ ਸੱਚਾ ਬਣ ਜਾਏਗਾ ਅਤੇ ਉਹਦੇ 'ਚ ਸੀਮਿੰਟ ਭਰੀ ਜਾਓਗੇ ਤਾਂ ਹੋਰ ਬਣੀ ਭਰੀ ਜਾਓ, ਜਿੰਨਾ ਭਾਵੇਂ 100 ਨਾਲ ਕੱਢ ਲਓ ਭਾਵੇਂ, ਠੀਕ ਹੋ ਗਿਆ।
ਤੇ ਇਸ ਫੈਕਟਰੀ ਵਾਲਿਆਂ ਦਾ ਤੁਹਾਡਾ ਰابطਾ ਕਿੱਦਾਂ ਹੋਇਆ? ਜੀ 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 ਕਿਸਾਂ ਤੁਸੀਂ ਆ ਗਏ? ਹਾਂਜੀ ਜੀ ਕਿਸਾਂ ਨੇ ਇੱਕ ਬੰਦੇ ਕੋਲ ਆਇਆ ਸੀ ਜੀ ਉਹ ਬੰਦੇ ਨੇ ਕੀ ਉਹਨਾਂ ਨਾਲ ਸਿੱਧੇ ਦੇ ਹਾਂਜੀ ਐ ਨਹੀਂ ਸ਼ਾਹੀਵਾਲ ਮੋੜ ਹਾਂਜੀ ਬਾਹਰ ਵਾਲਾ ਹਾਂਜੀ ਹਾਂਜੀ ਉੱਥੇ ਪਿੱਛੇ ਨੇ ਮਸਜਿਦ ਦੇ ਮੀਨਾਰ ਬਣਾ ਰਹੇ ਨੇ ਉਹ ਮੇਰੇ ਮੈਨੂੰ ਬੜੀ ਦੇਰ ਤੋਂ ਜਾਣਦੇ ਨੇ ਉਹ ਛੋਟੇ ਛੋਟੇ ਸਨ ਅੱਛਾ ਉਹਨਾਂ ਨੇ ਤੁਹਾਨੂੰ ਅੱਗੇ ਦੱਸਿਆ ਹੈ ਇਹ ਉਹ ਸਭ ਤੋਂ ਵੱਡੀ ਹੈ ਜੀ ਉਹਨਾਂ ਨਾਲ ਆਰਫ ਵਾਲਾ ਹਾਂਜੀ ਆਰਫ ਵਾਲਾ ਪੂਲਾ ਸ਼ਹਿਰ ਤੇ ਉੱਥੇ ਵੀ ਗਿਆ ਜਨਾਬ ਭੇਡ ਬਣਾਈਏ ਅਤੇ ਬੈਂਚ ਬਣਾਇਆ ਜੀ ਉਹਨੇ ਮੈਂ ਤੁਹਾਨੂੰ ਵੀਡੀਓ ਦਿਖਾ ਦੇਣਾ तो कोई भी जानवर तुहानू विखाओ तुसीं तस्वीरां वेखोगे वीडियो वेखोगे तो बना दोगे जे किसी बंदे का बनाना हो पुतला वो भी बना दोगे सेम ਇਹ ਜੀ ਬਾਅਦ ਇਹਦੇ ਨਾਲ ਦਾ ਬਣੇਗਾ ਜੀ ਇਹ ਵੇਖੋ ਇਹ ਬਣਦਾ ਪਿਆ ਜਿਹੜਾ ਹਾਂਜੀ ਠੀਕ ਹੋ ਗਿਆ ਇਹ ਕਿਤਾਬ ਵੀ ਬਣਾਉਣੀ ਹੈ ਜੀ ਇਹ ਕਿਤਾਬ ਬਣ ਗਈ ਇਹ ਕਿੱਥੇ ਹੈ ਜੀ ਇਹ ਆਰਫ ਵਾਲੇ ਅੱਛਾ ਆਰਫ ਵਾਲੇ ਬਣਾ ਕੇ ਆਏ ਸੀ ਤੁਸੀਂ ਕਬੂਲੇ ਸ਼ਹਿਰ ਤੋਂ ਠੀਕ ਹੈ ਬੈਂਚ ਟਾਈਪ ਹੈ ਕਿਤਾਬ ਬਿਲਕੁਲ ਪੈਣ ਲਈ ਇਹਦੀ ਤੁਸੀਂ ਡਾਈ ਬਣਾਏ ਆ ਅਤੇ ਉਹ ਹੁਣ ਬਣਾਈ ਜਾਂਦੀ ਸਭ ਕੁਝ ਬਣਾ ਠੀਕ ਇਹ ਵੇਖੋ ਜੀ ਇਹ ਵੀ ਕਿਤਾਬ ਬੈਂਚ ਹੈ ਜੀ ਇਹ ਵੀ ਦੂਸਰੀ ਠੀਕ ਮਾਸ਼ਾਅੱਲਾ ਜੀ ਇਹਦਾ ਮਤਲਬ ਪੂਰਾ ਪਾਕਿਸਤਾਨ ਘੁੰਮਦੇ ਰਹਿੰਦੇ ਹੋ ਬਿਲਕੁਲ ਅੱਛਾ ਹੈਦਰਾਬਾਦ ਤੁਸੀਂ ਦੁੰਬਾਕੋਟ 6 ਸਾਲ ਉੱਥੇ ਗੁਜ਼ਾਰੇ ਬੜਾ ਵੱਡਾ ਬਣਾਇਆ ਗਿਆ ਨਾ ਫੈਕਟਰੀ ਹੈ ਕੋਈ ਉਹਨਾਂ ਦੀ ਮਤਲਬ ਕਰਾਚੀ ਸ਼ਹਿਰ ਚ ਸਪਲਾਈ ਕਰਦੇ ਹੋਣੇ ਉਹ ਦੁੰਬਾਕੋਟ ਅੱਗੇ ਨਿਕਲੀਏ ਨਾ ਟੂਲ ਪਲਾਜ਼ਾ ਦੇ ਅਗਲੇ ਪਾਸੇ ਤੇ ਛੁੱਟੀ ਕਿੰਨੇ ਚਿਰ ਬਾਅਦ ਆਉਂਦੇ ਸੀ ਉੱਥੋਂ ਉੱਥੇ ਹੀ ਬੱਚਾ ਸਮੇਤ ਗਿਆ ਅੱਛਾ ਫੈਮਿਲੀ ਵੀ ਨਾਲ ਹੀ ਸੀ ਇਹ ਬਣ ਰਿਹਾ ਜੀ ਮਾਸਟਰਪੀਸ ਨਹੀਂ ਬੈਠੋ ਯਾਰ ਬੈਠੋ ਬੈਠੋ ਮਨ ਕਰੋ ਬੈਠੋ ਮੈਂ ਥੋੜੀ ਸੀ ਰੀਲ ਲੈ ਰਹਾ ਹਾਂ ਅੱਛਾ ਬਾਬਾ ਜੀ ਜੀ ਇਹ ਇਹ ਵੇਖੋ ਜੀ ਇੱਕ ਨਵਾਂ ਜਾਨਵਰ ਬਣਾਉਣ ਦੀ ਤਿਆਰੀ ਅਤੇ ਇਹ ਸ਼ੇਰ ਹੈ ਜੀ ਇਹਦੀ ਹਜੇ ਸਿਰਫ ਤਿਆਰੀ ਹੋ ਰਹੀ ਹੈ
अंदर ये सांचा बन रहा बाहर, फिर जिस तरह वो हिरन बनया खड़ा ना वो सिंग भी वह उत्ते पे ने, तो उस तरह ये भी तैयार किया जाएगा। ये जानवर एक दिन च नहीं बनते, इन्हों टाइम लगता 8-8, 10-10 दिन 15-15 दिन। अज वेखो जी हिरन की सफाई होगी थोड़ी जी, वेखो इस तरह यह शेर जोड़ा ये भी तैयार हो रहा, बाज भी अपने आखिरी मराहल से है।